ਸੋ ਜਦੋਂ ਵੀਰ ਜੀ ਇੱਥੋਂ ਗਏ ਸਨ ਤੁਹਾਡੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੋਵੇ ਰਾਤ ਨੂੰ ਹੋਈ ਸੀ ਮੈਨੂੰ ਰਾਤ ਨੂੰ ਮਿਲ ਕੇ ਗਿਆ ਕਹਿੰਦੇ ਬੀਬੀ ਅਸੀਂ ਸਵੇਰ ਚੱਲਾਂ ਕੋਈ ਨਾ ਪੁੱਤ ਜਾਓ ਆਪਣੇ ਬੱਚਿਆਂ ਵਾਸਤੇ ਜਾਣਾ ਆਪਾਂ ਨੇ ਉਹ ਨਾਲੇ ਜਾਂਦਾ ਸੀਗਾ ਜੀ ਸਾਡੇ 15-15-20 ਦਿਨ ਲੰਗਰ 'ਚ ਉੱਥੇ ਸੇਵਾ ਕਰਨੀ ਜੀ ਉੱਥੇ ਰਹਿਣਾ ਜੀ ਆਪਣਾ ਕੰਮ ਕਰਾਉਂਦਾ ਸੀਗਾ ਜੀ ਉੱਥੇ ਕਹਿੰਦੇ ਮੈਂ ਜਾਣਾ ਇਸ ਵਾਰ ਮੈਂ ਕਹਿੰਦੀ ਸੀ ਮਹਾਂ ਚਲੋ ਆਏ ਵੀ ਇਹਨੂੰ ਵੀ 3-4 ਦਿਨ ਹੋਏ ਤੇ ਮੈਂ ਕਿਹਾ ਮਹਾਂ ਚਲ ਫਿਰ ਚਲੀ ਜਾਇਓ ਕਹਿੰਦਾ ਨਹੀਂ ਕਹਿੰਦਾ ਮੈਂ ਇੱਥੇ ਕੀ ਕਰਨਾ ਆਏਗਾ ਕਹਿੰਦਾ ਮੈਂ ਵੀ ਜਾਣਾ ਆਏ ਕਹਿੰਦੇ ਬੀਬੀ ਦੇਖ ਤੁਹਾਨੂੰ ਪਤਾ ਹੈ ਜੀ ਅਸੀਂ ਮਖੌਲ ਵਿੱਚ ਰਹਿਣਾ ਉੱਥੇ ਆਉਣ ਦਾ ਕੋਈ ਭਰੋਸਾ ਨਹੀਂ ਹੁੰਦਾ ਸਾਡਾ ਆਪਣੇ ਹੱਕ ਲੈਣ ਜਜ਼ਬਿਆਂ ਦੇ ਸਹਿਲਾਬ ਆਏ ਨੇ ਕੌਣ ਠੱਲ ਪਾ ਲਏਗਾ ਇਕੱਠੇ ਹੋ ਕੇ ਪੰਜ ਆਪ ਆਏ ਨੇ ਸੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਸ਼ਹੀਦ ਹੋਏ ਨੇ 700 ਦੇ ਕਰੀਬ ਕਿਸਾਨ ਜਿਨ੍ਹਾਂ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਬਾਪੂ ਸਾਡੇ ਦਾਦੇ ਸਾਡੇ ਵੀਰ ਜਿਹੜੇ ਨੇ ਉਹ ਸਦਾ ਦੇ ਲਈ ਸਦੀਵੀ ਵਿਛੋੜਾ ਜਿਹੜਾ ਦੇ ਗਏ ਨੇ ਅਤੇ ਇਸੇ ਦੇ ਚੱਲਦਿਆਂ ਸਾਡੇ ਅਦਾਰੇ ਦੇ ਵੱਲੋਂ ਅਲੱਗ ਅਲੱਗ ਅਸੀਂ ਗੱਲ ਕਰੀਏ ਤਾਂ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦਾ ਦੁੱਖ ਜਿਹੜਾ ਸਾਂਝਾ ਕੀਤਾ ਜਾ ਰਿਹਾ ਕਿਉਂਕਿ ਖੁਸ਼ੀਆਂ ਦਾ ਤਿਉਹਾਰ ਕਿਹਾ ਜਾਂਦਾ ਦੀਵਾਲੀ ਲੇਕਿਨ ਪਿਛਲੀ ਵਾਰ ਵੀ ਅਤੇ ਇਸ ਵਾਰ ਵੀ ਕਿਸਾਨਾਂ ਦੇ ਵੱਲੋਂ ਕਾਲੀ ਦੀਵਾਲੀ ਮਨਾਈ ਜਾ ਰਹੀ ਹੈ ਸੋ ਉਸੇ ਹੀ ਜੋ 700 ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਇੱਕ ਪਰਿਵਾਰ ਸਾਡੇ ਨਾਲ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬੀ ਜੀ ਸਤਿ ਸ਼੍ਰੀ ਅਕਾਲ ਬੀ ਜੀ ਡੈਥ ਹੋਈ ਹੈ ਵੀਰ ਜੀ ਦੀ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ ਕੀ ਲੱਗਦੇ ਸਨ ਤੁਹਾਡੇ ਅਤੇ ਕੀ ਨਾਮ ਸੀ ਉਹਨਾਂ ਦਾ ਮੇਰਾ ਬੇਟਾ ਸੀ ਨਾਮ ਜਤਿੰਦਰ ਸਿੰਘ ਸੀ ਅਤੇ ਕਦੋਂ ਉਹਨਾਂ ਦੀ ਸ਼ਹੀਦੀ ਹੋਈ ਉਹਨਾਂ ਦੀ 4 ਅਗਸਤ ਨੂੰ ਅਤੇ ਕਦੋਂ ਇੱਥੋਂ ਜਦੋਂ ਕਿਸਾਨੀ ਅੰਦੋਲਨ ਦੇ ਲਈ ਨਿਕਲੇ ਸਨ ਕਿ ਉਹਨਾਂ ਨੇ ਆਖਰੀ ਬੋਲ ਉਹਨਾਂ ਦੇ ਕੀ ਸਨ ਜਦੋਂ ਇੱਥੋਂ ਗਏ ਨੇ ਕੀ ਤਿਆਰੀ ਸੀ ਉਹਨਾਂ ਦੀ ਤਿਆਰੀ ਤਾਂ ਆਪਣੇ ਹੱਕਾਂ ਵਾਸਤੇ ਉੱਥੇ ਬੈਠੇ ਸੀ ਅਤੇ ਜਦੋਂ ਇੱਥੋਂ ਗਏ ਨੇ ਕੀ ਬੋਲ ਕੀ ਰਹੇ ਕਿ ਆਖਰੀ ਜਿਵੇਂ ਅਸੀਂ ਗੱਲ ਕਰੀਏ ਤਾਂ ਹਮੇਸ਼ਾ ਕਹਿ ਕੇ ਗਏ ਹਰ ਇੱਕ ਕਿਸਾਨ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਰੋਟੀ ਪਾਣੀ ਜਾਂ ਸਾਡੀ ਉਡੀਕ ਨਾ ਕਰਿਓ ਪਤਾ ਨਹੀਂ ਅਸੀਂ ਵਾਪਸ ਆਉਣਾ ਕਿ ਨਹੀਂ ਆਉਣਾ ਵੀਰ ਦੇ ਵੱਲੋਂ ਕੀ ਕਿਹਾ ਗਿਆ ਹਾਂਜੀ ਆਹੀ ਕਹਿੰਦੇ ਸੀ ਕਹਿੰਦੇ ਅਸੀਂ ਆਪਣਾ ਹੱਕ ਨਹੀਂ ਛੱਡਣਾ ਹੈਗਾ ਜਦੋਂ ਸਾਡਾ ਹੱਕ ਸਾਨੂੰ ਵਾਪਸ ਜਿੱਤ ਕੇ ਆਵਾਂਗੇ ਜੀ ਅਤੇ ਪਤਾ ਕਿਵੇਂ ਲੱਗਿਆ ਸੀ ਤੁਹਾਨੂੰ ਕਿ ਉਹ ਤੁਸੀਂ ਉੱਥੇ ਗਏ ਸੀ ਨਾਲ ਪਰਿਵਾਰ ਦਾ ਕੋਈ ਹੋਰ ਮੈਂਬਰ ਗਿਆ ਸੀ ਜਾਂ ਪਤਾ ਲੱਗੇ ਨਾ ਜੀ ਇਹ ਨਾਲ ਦੇ ਮੁੰਡੇ ਸੀਗੇ ਹਾਂਜੀ ਜੀ ਅਤੇ ਪਰਿਵਾਰ ਦੇ ਵਿੱਚ ਹੁਣ ਪਿੱਛੋਂ ਕੌਣ ਕੌਣ ਆ ਉਹਨਾਂ ਦੇ ਉਹਨਾਂ ਦਾ ਇੱਕ ਮੰਮੀ ਹੈਗੀ ਇੱਕ ਬੇਟਾ ਹੈਗਾ ਇੱਕ ਭਰਾ ਇੱਕ ਭਰਜਾਈ ਜੀ ਹਾਂ ਅਤੇ ਉਹਨਾਂ ਦੀ ਪਤਨੀ ਉਹਨਾਂ ਦੀ ਪਤਨੀ ਦੀ ਵੀ ਡੈਥ ਹੋ ਗਈ ਜੀ ਅਤੇ ਪਰਿਵਾਰ ਦੇ ਵਿੱਚ ਉਹਨਾਂ ਦਾ ਕੋਈ ਬੱਚਾ ਬੱਚਾ ਬੇਟਾ ਹੈਗਾ ਜੀ 10-10 ਸਾਲ ਹੈ ਜੀ ਭਾਜੀ ਉਹ ਨਾਨਕੇ ਵਿਆਹ ਹੈਗਾ ਉਹ ਕੱਲ੍ਹ ਵਿਆਹ ਗਿਆ ਹੈਗਾ ਉਹ ਪਰਸੋਂ ਨੂੰ ਘਰ ਆ ਜੂ ਸੋ ਜਦੋਂ ਵੀਰ ਜੀ ਇੱਥੋਂ ਤੁਰੇ ਨੇ ਤੁਹਾਨੂੰ ਕੀ ਕਹਿ ਕੇ ਗਏ ਸੀ ਆਖਰੀ ਵਾਰ ਆਖਰੀ ਵਾਰ ਤਾਂ ਜੀ ਆਹੀ ਕਹਿ ਕੇ ਗਏ ਜਾਂਦੇ ਕਹਿੰਦੇ ਮੈਂ ਜਾਣਾ ਇਸ ਵਾਰ ਮੈਂ ਕਹਿੰਦੀ ਸੀ ਮਹਾਂ ਚਲੋ ਆਏ ਵੀ ਇਹਨੂੰ ਵੀ 3-4 ਦਿਨ ਹੋਏ ਤੇ ਮੈਂ ਕਿਹਾ ਮਹਾਂ ਚਲ ਫਿਰ ਚਲੀ ਜਾਇਓ ਕਹਿੰਦਾ ਨਹੀਂ ਕਹਿੰਦਾ ਮੈਂ ਇੱਥੇ ਕੀ ਕਰਨਾ ਆਏਗਾ ਕਹਿੰਦਾ ਮੈਂ ਵੀ ਜਾਣਾ ਆਏਗਾ ਸੋ ਵੀ ਜੀ ਇੱਕ ਤੁਸੀਂ ਮਾਂ ਉਹਨਾਂ ਪੁੱਤ ਸੀ ਤੁਹਾਡਾ ਨਾ ਪੂਰਾ ਹੋਣ ਵਾਲਾ ਘਾਟਾ ਸੀ ਕਹਿ ਸਕਦੇ ਹਾਂ ਪਿਆ ਮੇਰੇ ਤੋਂ ਕੋਈ ਸਵਾਲ ਉੱਦਾਂ ਦਾ ਪੁੱਛਿਆ ਜਾਏ ਤਾਂ ਮੇਰੇ ਤੋਂ ਵੀ ਗੁਸਤਾਖੀ ਮੇਰੀ ਗਲਤੀ ਮੁਆਫ ਕਰਨਾ ਲੇਕਿਨ ਕੀ ਕਹਿਣਾ ਚਾਹੋਗੇ ਦੀਵਾਲੀ ਆਉਣ ਵਾਲੀ ਹੈ ਕਿੱਦਾਂ ਦੀ ਦੀਵਾਲੀ ਲੋਕਾਂ ਨੂੰ ਕੀ ਕਹੋਗੇ ਕਿ ਦੀਵਾਲੀ ਦੇ ਮੌਕੇ ਕਿੱਦਾਂ ਦੀ ਦੀਵਾਲੀ ਮਨਾਈ ਜਾਏ ਕਿਉਂਕਿ ਪਿਛਲੀ ਵਾਰ ਵੀ ਕਿਸਾਨਾਂ ਨੇ ਕਾਲੀ ਦੀਵਾਲੀ ਮਨਾਈ ਕਾਲੀ ਦੀਵਾਲੀ ਹੈ ਜੀ ਸਾਨੂੰ ਸੋ ਪਤਾ ਨਹੀਂ ਕਿੰਨੇ ਕੁ ਕਿਸਾਨ ਕਿੰਨੇ ਕੁ ਵੀਰ ਜਿਹੜੇ ਆ ਸਾਡੇ 700 ਦੇ ਕਰੀਬ ਸ਼ਹੀਦ ਹੋਏ ਨੇ ਸੋ ਬੀ ਜੀ ਨਾਲ ਨੇ ਪੁੱਤ ਗਿਆ ਸਭ ਜਾਣਦੇ ਨੇ ਕਿ ਪੁੱਤ ਦਾ ਘਾਟਾ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰਿਵਾਰ ਦੇ ਵਿੱਚੋਂ ਕੋਈ ਵੀ ਜੀ ਚਲਿਆ ਜਾਵੇ ਉਹਦਾ ਘਾਟਾ ਪੂਰਾ ਨਹੀਂ ਹੁੰਦਾ ਸੋ ਪਰਿਵਾਰ ਦੇ ਵਿੱਚ ਹੋਰ ਵੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਬੀ ਜੀ
ਬੀਜੀ ਤੁਸੀਂ ਇਸ ਪਰਿਵਾਰ ਦਾ ਹਿੱਸਾ ਹੋ ਸੋ ਵੀਰ ਜੀ ਜਦੋਂ ਗਏ ਨੇ ਤੁਹਾਨੂੰ ਵੀ ਮਿਲ ਕੇ ਗਏ ਹੋਣਗੇ ਕਿੱਦਾਂ ਦੀ ਤਿਆਰੀ ਉਹਨਾਂ ਦੀ ਭਾਈ ਫਿਰ ਗੇੜਾ ਮਾਰ ਜੀ ਬੀਬੀ ਉਹ ਕਹਿੰਦੇ ਹੁੰਦੇ ਨੇ ਮੈਨੂੰ ਲੱਗਦੀ ਤਾਈ ਹੈ ਕਹਿੰਦੇ ਬੀਬੀ ਦੇਖ ਤੁਹਾਨੂੰ ਪਤਾ ਹੈ ਜੀ ਅਸੀਂ ਮਖੌਲ ਵਿੱਚ ਜਾਣਾ ਉੱਥੇ ਆਉਣ ਦਾ ਕੋਈ ਭਰੋਸਾ ਨਹੀਂ ਹੁੰਦਾ ਸਾਡਾ ਕਿਆ ਪਤਾ ਉੱਥੇ ਘੜੀ ਵਿੱਚ ਦੰਗਾ ਹੋ ਜਾਂਦਾ ਕਿਤੇ ਸੱਟ ਪੇਟ ਵੱਜੇ ਅਸੀਂ ਉੱਥੇ ਵੀ ਰਹਿ ਸਕਦੇ ਹਾਂ ਇੱਕ ਨਹੀਂ ਪੁੱਤ ਗਏ ਘਰ ਜਾਂਦੇ ਅਸੀਂ ਬੀਬੀ ਤੁਸੀਂ ਸਾਡੇ ਪਿੱਛੇ ਸੱਜੀ ਰੱਖੋ ਬਹੁਤ ਕੁਛ ਆਪਣੇ ਬੱਚਿਆਂ ਵਾਸਤੇ ਆਪਾਂ ਨੂੰ ਕਰਨਾ ਪੈਂਦਾ ਸੋ ਉਹਨਾਂ ਦੇ ਬੀਜੀ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਜੋ ਘਰ ਵਾਲੀ ਉਹ ਵੀ ਪਹਿਲਾਂ ਗੁਜ਼ਰ ਗਏ ਉਹਨਾਂ ਦਾ ਬੱਚਾ 10-7 ਸਾਲ ਹੋ ਗਏ 11 ਸਾਲ ਦਾ ਬੱਚਾ 2.5 ਸਾਲ ਦਾ ਜਿੱਦਣ ਮਾਂ ਮੁੱਕ ਗਈ ਤੀ ਉਹਦੀ ਹੁਣ ਕਦੋਂ ਹੁਣ ਸਮਝੋ ਜੀ ਬਾਪ ਮੁੱਕ ਗਿਆ ਚਾਹੇ ਦਾਦਾ ਦਾਦੀ ਲੱਖ ਹੈਗੇ ਚਾਚਾ ਚਾਚੀ ਜਿਹੜਾ ਮਾਂ ਬਾਪ ਹੁੰਦਾ ਆਪਣਾ ਉਹ ਮਾਂ ਬਾਪ ਹੀ ਹੁੰਦਾ ਹਾਲੇ ਨਿਆਣਾ ਹਾਲੇ ਪਤਾ ਨਹੀਂ ਗਾ ਸੀਗਾ ਉਹਨੂੰ ਸੋ ਜਦੋਂ ਵੀਰ ਜੀ ਇੱਥੋਂ ਗਏ ਸਨ ਤੁਹਾਡੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੋਵੇ ਰਾਤ ਨੂੰ ਹੋਈ ਤੀ ਮੈਨੂੰ ਰਾਤ ਨੂੰ ਮਿਲ ਕੇ ਗਿਆ ਕਹਿੰਦੇ ਬੀਬੀ ਅਸੀਂ ਸਵੇਰ ਚੱਲ ਜਾਣ ਕੋਈ ਨਾ ਪੁੱਤ ਜਾਓ ਆਪਣੇ ਬੱਚਿਆਂ ਵਾਸਤੇ ਜਾਣਾ ਆਪਾਂ ਨੇ ਸੋ ਬੀਜੀ ਤੁਸੀਂ ਘਰ ਦਾ ਹਿੱਸਾ ਹੋ ਕਿ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਜਾਂ ਅਸੀਂ ਗੱਲ ਕਰੀਏ ਦੀਵਾਲੀ ਆਉਣ ਵਾਲੀ ਹੈ ਬੜਾ ਖੁਸ਼ੀਆਂ ਦਾ ਤਿਉਹਾਰ ਹੁੰਦਾ ਹਰ ਇੱਕ ਪਰਿਵਾਰ ਦੇ ਸਾਲ ਵਿੱਚ ਜਾਂਦਾ ਬਾਜੀ ਫਿਰ ਆਪਣਾ ਤਿਉਹਾਰ ਹੁੰਦਾ ਦੀਵਾਲੀ ਹੁੰਦੀ ਸਾਰਾ ਪਰਿਵਾਰ ਬੈਠਾ ਹੁੰਦਾ ਕੋਈ ਧੀ ਦਾ ਸੋ ਨਿੱਕੀ ਉਮਰੇ ਵੀਰ ਇਸ ਪਰਿਵਾਰ ਨੂੰ ਜਿਹੜਾ ਸਦੀਵੀ ਵਿਛੋੜਾ ਦੇ ਕੇ ਪਹਿਲਾਂ ਉਹਨਾਂ ਦੀ ਘਰਵਾਲੀ ਜਿਹੜੀ ਹੈ ਉਹਨਾਂ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਵੀਰ ਜੀ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਜੁੜੇ ਸਨ ਪਤਾ ਨਹੀਂ ਸੀ ਕਿੰਨੇ ਕਿਸਾਨ ਜਿਹੜੇ 700 ਦੇ ਕਰੀਬ ਸ਼ਹੀਦ ਹੋਏ ਨੇ ਘਰੋਂ ਇਹੀ ਕਹਿ ਕੇ ਨਿਕਲੇ ਸਨ ਕਿ ਸਾਡੀ ਉਡੀਕ ਨਾ ਕਰਿਓ ਪਤਾ ਨਹੀਂ ਅਸੀਂ ਵਾਪਸ ਪਰਤਣਾ ਹੈ ਕਿ ਨਹੀਂ ਪਰਤਣਾ ਪਰ ਲਗਾਤਾਰ ਦੇਖਿਆ ਜਾਵੇ ਤਾਂ 700 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਨੇ ਪਰ ਹਜੇ ਤੱਕ ਵੀ ਕੇਂਦਰ ਸਰਕਾਰ ਦਾ ਇਹੀ ਕਹਿਣਾ ਕਿ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਾਂਗੇ ਸੋਧਾ ਕਰਨ ਦੇ ਲਈ ਅਸੀਂ ਤਿਆਰ ਹਾਂ ਸੋ ਵੀਰ ਜੀ ਦੇ ਨਾਲ ਜੋ ਉਹਨਾਂ ਦੇ ਦੋਸਤ ਮੌਜੂਦ ਸਨ ਉਸ ਸਮੇਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਤੁਸੀਂ ਜਿਸ ਦਿਨ ਵੀਰ ਜੀ ਇੱਥੋਂ ਗਏ ਨੇ ਤੁਸੀਂ ਉਹਨਾਂ ਦੇ ਨਾਲ ਮੌਜੂਦ ਸੀ ਸੋ ਕੀ ਤੁਹਾਡੇ ਨਾਲ ਉਹਨਾਂ ਦਾ ਰਿਹਾ ਜਾਂ ਕਿਵੇਂ ਦਾ ਅੰਦੋਲਨ ਦੇ ਵਿੱਚ ਉਹਨਾਂ ਦਾ ਹਿੱਸਾ ਸੀ ਹਿੱਸਾ ਜੀ ਇੱਦਾਂ ਗੱਲ ਹੈ ਜੀ ਜਿਵੇਂ ਹੁਣ ਅਸੀਂ ਜਾਂਦੇ ਸੀਗੇ ਮਹੀਨੇ 'ਚ ਨੂੰ 20 ਦਿਨ ਉੱਥੇ ਲਾ ਦਿੰਦੇ ਸੀਗੇ ਜੀ ਅਤੇ ਉਹ ਨਾਲੇ ਜਾਂਦਾ ਸੀਗਾ ਜੀ ਸਾਡੇ 15-15-20 ਦਿਨ ਲੰਗਰ 'ਚ ਉੱਥੇ ਸੇਵਾ ਕਰਨੀ ਜੀ ਉੱਥੇ ਰਹਿਣਾ ਜੀ ਆਪਣਾ ਕੰਮ ਕਰਾਉਂਦਾ ਸੀਗਾ ਜੀ ਉੱਥੇ ਅਤੇ 2-3 ਮਹੀਨੇ ਇੱਦਾਂ ਹੀ ਲਗਾਤਾਰ ਜਾਂਦੇ ਰਹੇ ਜੀ ਅਸੀਂ ਅਤੇ ਹੁਣ ਵੀ ਉਸ ਦਿਨ ਉੱਥੇ ਹੀ ਸੀਗੇ ਜੀ ਮਤਲਬ ਜਿੱਦਣ ਡੈਥ ਹੋਈ ਆ ਉਹ ਉੱਥੇ ਸਨ ਜਾਂ ਇੱਥੇ ਸਨ ਉਹ ਨਹੀਂ ਉੱਥੇ ਹੀ ਸੀਗੇ ਜੀ ਜਿਸ ਦਿਨ ਡੈਥ ਹੋਈ ਹੈ ਜੀ ਇੱਕੋਦਮ ਮਤਲਬ ਅਟੈਕ ਜਿਹਾ ਆ ਗਿਆ ਜੀ ਫਿਰ ਇੱਧਰ ਨੂੰ ਹੋਸਪਿਟਲ 'ਚ ਲੈ ਕੇ ਆਉਣ ਲੱਗੇ ਸੀਗੇ ਜੀ ਆਉਂਦੇ ਆਉਂਦੇ ਪੂਰੇ ਹੋ ਗਏ ਜੀ ਉੱਥੇ ਸੋ ਵੀਰ ਜੀ ਕਿੱਦਾਂ ਤੁਸੀਂ ਇੱਥੋਂ ਜਦੋਂ ਤੁਰੇ ਹੋਵੋਗੇ ਹਰ ਇੱਕ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਨਾਲ ਹਰ ਵਰਗ ਜੁੜਿਆ ਬੜੇ ਜਜ਼ਬਾ ਜੋਸ਼ ਜਨੂਨ ਜਿਹੜਾ ਅੱਜ ਵੀ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲਦਾ 700 ਦੇ ਕਰੀਬ ਕਿਸਾਨ ਚਲੇ ਗਏ ਨੇ ਸੋ ਕਿਵੇਂ ਜਦੋਂ ਇੱਥੋਂ ਤਿਆਰੀ ਕੀਤੀ ਕੀ ਤਿਆਰੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਬਸ ਤਿਆਰੀ ਤਾਂ ਇਹੀ ਹੈ ਜੀ ਆਪਣਾ ਬੈਗ ਬੁੱਗ ਪੈਕ ਕਰਕੇ ਲੈ ਜਾਂਦੇ ਸੀਗੇ ਜੀ ਇੱਥੋਂ ਜੀ ਕੱਪੜੇ ਵਗੈਰਾ ਆਪਣਾ ਉੱਥੇ ਹੀ ਨਹਾਉਣਾ ਧੋਣਾ ਜੀ ਸਾਰਾ ਕੁਛ ਮਤਲਬ ਸੇਵਾ ਕਰਨੀ ਲੰਗਰ 'ਚ ਜੀ ਸੋ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਉਹਨਾਂ ਦਾ ਬੇਟਾ ਛੋਟਾ ਹੈ ਜਦੋਂ ਗਏ ਨੇ ਜਾਂ ਰਸਤੇ ਦੇ ਵਿੱਚ ਜਦੋਂ ਕੋਈ ਬੋਲ ਉਹਨਾਂ ਨੇ ਬੋਲੇ ਕਿ ਹਾਂ ਮੇਰਾ ਪੁੱਤਰ ਪਿੱਛੇ ਹੈ ਜਾਂ ਕੁਛ ਇੱਦਾਂ ਹਾਂਜੀ ਇੱਦਾਂ ਹੀ ਕਹਿੰਦਾ ਸੀ ਵੀ ਕਹਿੰਦਾ ਵੀ ਗੁਰਮਨ ਨੂੰ ਵੀ ਇੱਥੇ ਲੈ ਕੇ ਆਉਣਾ ਜੀ ਅੰਦੋਲਨ ਦਿਖਾਉਣਾ ਜੀ ਉੱਥੇ ਲੈ ਕੇ ਜਾਣਾ ਮਤਲਬ ਜੀ ਮੁੰਡਾ ਛੋਟਾ ਜੀ ਉਹ ਸਾਡੇ ਨਾਲ ਇੱਥੇ ਗੱਲਾਂ ਕਰਕੇ ਗਿਆ ਜੀ ਉਸ ਦਿਨ ਜਿਸ ਦਿਨ ਅਸੀਂ ਗਏ ਸੀਗੇ ਬੇਟਾ ਇੱਥੇ ਸਾਨੂੰ ਹਾਸੀ ਮਜ਼ਾਕ ਕਰੀ ਗਿਆ ਜੀ ਬੈਠੇ ਸਾਡੇ ਨਾਲ ਫਿਰ ਬੋਲਿਆ ਉਹਨੂੰ ਕਹਿੰਦਾ ਪਾਪਾ ਬਾਏ ਇੱਥੇ ਮਿਲ ਕੇ ਗਿਆ ਜੀ ਉਸ ਦਿਨ ਵੀ ਅਤੇ ਮੋਦੀ ਸਰਕਾਰ ਨੂੰ ਅਸੀਂ ਕਹਿ ਲਈਏ ਜਾਂ ਸਰਕਾਰਾਂ ਨੂੰ ਤੁਸੀਂ ਇਸ ਮੌਕੇ ਕੀ ਕਹਿਣਾ ਚਾਹੋਗੇ ਕਿਉਂਕਿ ਦੀਵਾਲੀ ਦਾ ਤਿਉਹਾਰ ਵੀ ਆਉਣ ਵਾਲਾ ਸੋ ਇਸ ਪਰਿਵਾਰ ਦੇ ਲਈ ਦੀਵਾਲੀ ਮਨਾਉਣਾ ਅਸੀਂ ਤਾਂ ਕੀ ਮਤਲਬ ਪੂਰੇ ਦੇਸ਼ ਦੀ ਅਸੀਂ ਗੱਲ ਕਰ ਲਈਏ ਹਰ ਇੱਕ ਦੇਸ਼ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਅਸੀਂ ਕਾਲੀ ਦੀਵਾਲੀ ਪਿਛਲੀ ਵਾਰ ਵੀ ਕਾਲੀ ਦੀਵਾਲੀ ਮਨਾਈ ਹੈ ਇਸ ਵਾਰ ਵੀ ਜਿਹੋ ਜਿਹੇ ਉਦੋਂ ਤਾਂ ਹਜੇ ਕਿਸਾਨ ਜਿਹੜੇ ਅਸੀਂ ਗੱਲ ਕਰੀਏ ਤਾਂ ਸ਼ਹੀਦ ਨਹੀਂ ਸੀ ਹੋਏ ਅੱਜ ਤਾਂ ਸਾਡੇ 700 ਦੇ ਕਰੀਬ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਭਰਾ ਸਨ ਵਿੱਚ ਬੀਬੀਆਂ ਸਨ ਸਾਡੀਆਂ ਸਾਡੇ ਬਾਪੂ ਦਾਦੇ ਸੀ ਅਤੇ ਇਸ ਵਾਰ ਕਿੱਦਾਂ ਦੀ ਦੀਵਾਲੀ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਇੱਦਾਂ ਹੀ ਪਿਛਲੀ ਵਾਰ ਮੰਗੇ ਹੋਊਗੀ ਜੀ ਦੀਵਾਲੀ ਤਾਂ ਕਾਲੀ ਦੀਵਾਲੀ ਹੀ ਮਨਾਵਾਂਗੇ ਜੀ ਬਾਕੀ ਜੋ ਕਿਸਾਨ ਜਥੇਬੰਦੀਆਂ ਦਾ ਆਰਡਰ ਹੋਊਗਾ ਜੀ ਉਵੇਂ ਵੀਰ ਜੀ ਤੁਸੀਂ ਵੀ ਉਹਨਾਂ ਦੇ ਨਾਲ ਮੌਜੂਦ ਹੋਵੋਗੇ ਜਦੋਂ ਉਹ ਇੱਥੋਂ ਗਏ ਨੇ ਸੋ ਕੁਛ ਉਹਨਾਂ ਦੀ ਗੱਲਬਾਤ ਜਾਂ ਆਖਰੀ ਬੋਲ ਉਹਨਾਂ ਦੇ ਕੁਛ ਯਾਦ ਆਖਰੀ ਬੋਲ ਤਾਂ ਇਹੀ ਸੀ ਜੀ ਉਹਨਾਂ ਦੇ ਕਿ ਆਪਾਂ ਨੇ ਮੋਰਚਾ ਜਿੱਤ ਕੇ ਜਾਣਾ ਹੈ ਕਿ ਜਿੰਨਾ ਚਿਰ ਮੋਰਚਾ ਚੱਲੂਗਾ ਕਿ ਇੱਥੇ ਹੀ ਰਹਿਣਾ ਹੈ
ਉਹ ਮੈਂ ਅਸੀਂ ਚੱਲਦੇ ਵੀ ਸੀ ਉੱਥੇ ਪੱਕਾ ਰਹਿਣਾ 20-20 ਦਿਨ ਬਾਅਦ ਆਉਣਾ ਘਰ ਆ ਕੇ ਵੀ 2-4 ਦਿਨ ਰਹਿਣੇ ਫਿਰ ਉੱਥੇ ਨੂੰ ਚਲੇ ਜਾਣਾ ਜੀ। ਆਪਣੇ ਉਹਨਾਂ ਦੇ ਬੇਟੇ ਨਿੱਕੇ ਨੇ ਆਪਣੇ ਪੁੱਤਰ ਨੂੰ ਲੈ ਕੇ ਉਹਨਾਂ ਨੇ ਕੋਈ ਗੱਲ ਕਹੀ ਹੋਵੇ? ਗੱਲ ਤਾਂ ਅਸੀਂ ਕਰਦੇ ਸੀ ਕਈ ਬੱਚਿਆਂ ਨੂੰ ਵੀ ਉੱਥੇ ਆਪਾਂ ਨੇ ਅੰਦੋਲਨ ਨਾਲ ਜੋੜਨਾ ਹੈ ਕਿ ਉੱਥੇ ਲੈ ਕੇ ਜਾਣਾ ਹੈ ਬੱਚਿਆਂ ਨੂੰ ਕਿ ਦਿਖਾ ਕੇ ਲੈ ਕੇ ਆਉਣਾ ਹੈ ਕਿ ਆਪਾਂ ਕੀ ਚੀਜ਼ ਪਿੱਛੇ ਲੜ ਰਹੇ ਨੇ ਉੱਥੇ। ਹਾਂਜੀ, ਮੋਦੀ ਸਰਕਾਰ ਦੀ ਅਸੀਂ ਗੱਲ ਕਰੀਏ ਉਹ ਹਮੇਸ਼ਾ ਇਹੀ ਕਹਿ ਰਹੇ ਕਿ ਉੱਥੇ ਜਿਹੜੇ ਕਿਸਾਨ ਬੈਠੇ ਨੇ, ਕਈ ਮੋਦੀ ਸਰਕਾਰ ਦੀ ਛੱਡੋ ਅਸੀਂ ਗੱਲ ਕਰੀਏ ਤਾਂ ਕਿਸਾਨ ਬੈਠੇ ਨੇ ਕਿਹਾ ਜਾ ਰਿਹਾ ਕਿ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਾਂਗੇ, ਪਰ ਜੇ ਸੋਧਾ ਨੇ ਤਾਂ ਅਸੀਂ ਸੋਧਾ ਕਰਨ ਲਈ ਤਿਆਰ ਹਾਂ। ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਤਾਂ ਇਹੀ ਕਹਿਣਾ ਚਾਹਵਾਂਗੇ ਕਿ ਅਸੀਂ ਤਾਂ ਕਾਨੂੰਨ ਰੱਦ ਕਰਵਾਉਣੇ ਨੇ ਜੀ, ਜਦ ਤੱਕ ਰੱਦ ਨਹੀਂ ਹੁੰਦੇ ਬੈਠੇ ਹੀ ਉੱਥੇ ਮੋਰਚੇ 'ਤੇ ਪਹਿਲੇ ਦਿਨ ਤੋਂ ਬੈਠੇ ਨੇ ਜੀ, ਜਦ ਤੱਕ ਮੋਰਚਾ ਚੱਲੂਗਾ ਬੈਠੂੰਗੇ ਜੀ ਕਿ ਸੋਧਾ ਨਹੀਂ ਕਰਾਉਣੀਆਂ, ਬਿੱਲ ਰੱਦੇ ਕਰਾਉਣੇ ਨੇ ਜੀ। ਬੀਜੀ ਤੋਂ ਸਵਾਲ ਕਰਦੇ ਹਾਂ, ਬੀਜੀ ਸਮਝ ਨਹੀਂ ਆਉਂਦਾ ਕਿ ਤੁਹਾਡੇ ਤੋਂ ਸਵਾਲ ਕੀ ਪੁੱਛੀਏ, ਕਿਉਂਕਿ ਜਿਨ੍ਹਾਂ ਦਾ ਪੁੱਤ ਗਿਆ ਉਹਨਾਂ ਤੋਂ ਪੁੱਛਣ ਬਣਦਾ ਹੀ ਨਹੀਂ ਹੈ ਕਿ ਉਹਨਾਂ ਨੂੰ ਦੁੱਖ ਕਿੰਨਾ ਹੋਏਗਾ, ਨਾ ਕੋਈ ਇਹ ਅੰਦਾਜ਼ਾ ਲਾ ਸਕਦਾ। ਸੋ ਵੀਰ ਦੀ ਕੋਈ ਗੱਲ ਨਿੱਕੇ ਹੁੰਦਿਆਂ ਦੀ ਕੋਈ ਯਾਦ ਹਮੇਸ਼ਾ ਕਿਸਾਨੀ ਅੰਦੋਲਨ ਨੂੰ ਲੈ ਕੇ ਜਾਂ ਕਿਸਾਨਾਂ ਨੂੰ ਲੈ ਕੇ ਉਹਨਾਂ ਨੇ ਕੋਈ ਗੱਲ ਕਹੀ ਹੋਵੇ ਕੁਛ? ਨਹੀਂ। ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਕਿੱਦਾਂ ਦੀ ਦੀਵਾਲੀ ਮਨਾਓ ਤੁਸੀਂ ਇਸ ਵਾਰ? ਦਿਵਾਲੀ ਜਾਂ ਕਾਲੀ ਦਿਵਾਲੀ ਹੈਗੀ, ਕਿਹਾ ਅਸੀਂ ਆਪਣੇ ਬੱਚਿਆਂ ਨੂੰ, ਛੋਟੇ ਜਿਹੇ ਬੇਟੇ ਨੂੰ ਕਿਹਾ ਅਸੀਂ, ਬੱਚੇ ਨੂੰ ਕੀ ਪਤਾ ਹੁੰਦਾ ਹੈਗਾ, ਬੱਚੇ ਦਾ ਚਾਅ ਹੁੰਦਾ ਹੈਗਾ, ਅਸੀਂ ਬੇਟੇ ਨੂੰ ਕਿਹਾ ਛੋਟੇ ਜਿਹੇ ਨੂੰ ਕਿਆ ਕਹਿ ਕੇ ਅਤੇ ਮੱਥਾ ਟੇਕੂੰਗੇ। ਸੋ ਉਹਨਾਂ ਦਾ ਪੁੱਤਰ ਨਿੱਕਾ ਉਹ ਕਿੱਥੇ ਇਸ ਟਾਈਮ? ਉਹ ਨਾਨਕੀ ਹੈ, ਵਿਆਹ ਤਾਂ ਕੱਲ੍ਹ ਗਿਆ ਹੈਗਾ, ਕੱਲ੍ਹ ਸ਼ਾਮੀ ਆ ਜਾਊ, ਮਾਮਾ ਦੇ ਗਿਆ ਸੀ ਨਾਲ। ਸੋ ਲਗਾਤਾਰ ਕਿਸਾਨ ਜਿਹੜੇ ਨੇ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਨੇ ਕਿ ਜਦੋਂ ਤੱਕ ਖੇਤੀ ਕਾਨੂੰਨ ਜਿਹੜੇ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਘਰਾਂ ਨੂੰ ਵਾਪਸ ਨਹੀਂ ਪਰਤਾਂਗੇ। ਸੋ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ, ਪਰਿਵਾਰ ਦੇ ਪਿੱਛੋਂ ਵੀਰ ਆਪਣੇ ਨਿੱਕੇ ਪੁੱਤਰ ਨੂੰ ਸਦਾ ਦੇ ਲਈ ਛੱਡ ਕੇ ਅਸੀਂ ਕਹਿ ਸਕਦੇ ਹਾਂ ਕਿ ਚਲੇ ਗਏ, ਪਿੱਛੇ ਉਹਨਾਂ ਦੇ ਮਾਤਾ ਜੀ ਨੇ, ਵੀਰ ਉਹਨਾਂ ਦਾ ਇੱਥੇ ਮੌਜੂਦ ਹੈ ਅਤੇ ਉਹਨਾਂ ਦੀ ਘਰਵਾਲੀ ਦੀ ਪਹਿਲਾਂ ਹੀ ਜਿਹੜੀ ਮੌਤ ਹੋ ਚੁੱਕੀ ਸੀ। ਅਤੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਵੀ ਕਿਸਾਨਾਂ ਦੇ ਵੱਲੋਂ ਇਹੀ ਕਿਹਾ ਗਿਆ ਸੀ ਕਿ ਕਾਲੀ ਦੀਵਾਲੀ ਜਿਹੜੀ ਮਨਾਈ ਜਾਵੇਗੀ, ਅਤੇ ਇਸ ਵਾਰ ਵੀ ਕਿਸਾਨ ਜਿਹੜੇ ਨੇ ਇਹੀ ਕਹਿ ਰਹੇ ਨੇ ਕਿ ਹੁਣ ਤਾਂ 700 ਦੇ ਕਰੀਬ ਕਿਸਾਨਾਂ ਦੀ ਮੌਤ ਹੋਈ ਹੈ, ਲਖੀਮਪੁਰ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਵੱਲੋਂ ਦੀਵਾਲੀ ਜਿਹੜੀ ਨਹੀਂ ਮਨਾਈ ਜਾਵੇਗੀ। ਸੋ ਤੁਹਾਡਾ ਕੀ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ, ਸਾਡੇ 700 ਦੇ ਕਰੀਬ ਕਿਸਾਨ, ਸਾਡੇ ਬਾਪੂ ਜਿਨ੍ਹਾਂ ਦੇ ਵਿੱਚ ਸਾਡੀਆਂ ਬੀਬੀਆਂ ਵੀ ਮੌਜੂਦ ਸਨ, ਸਾਡੇ ਨਿੱਕੇ ਭਰਾ ਵੀ ਮੌਜੂਦ ਸਨ, ਸੋ ਕਿਸ ਤਰ੍ਹਾਂ ਦੀ ਦੀਵਾਲੀ ਹੋਣੀ ਚਾਹੀਦੀ ਹੈ ਕਿਸਾਨਾਂ ਦੀ, ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਇਸੇ ਤਰ੍ਹਾਂ ਬਣੇ ਰਹੋ ਦਾ ਸਮਰ ਨਿਊਜ਼ ਦੇ ਨਾਲ। ਲੈਟ ਮੀ ਟੈਲ ਯੂ ਫ੍ਰੀਡਮ ਕਿਆ ਹੈ। ਫ੍ਰੀਡਮ ਅਧੂਰੀ ਨੀਂਦ ਸੇ, ਫ੍ਰੀਡਮ ਸ਼ੋਲਡਰ ਔਰ ਕਮਰ ਕੇ ਦਰਦ ਸੇ, ਫ੍ਰੀਡਮ ਸੁਭਾ ਕੇ ਚਿੜਚਿੜੇਪਨ ਸੇ। हमें पता है 8 घंटों की सुकून वाली नींद कितनी जरूरी है। अब अपने ही घर में किसी 5-स्टार होटल के लग्जूरियस मैट्रेस पर आने वाली शानदार नींद के लिए चुने फ्रीडम मैट्रेस। कंफर्टेबल, लॉन्ग लास्टिंग, वैल्यू फॉर मनी और लाइफ टाइम वारंटी के साथ नेक्स्ट जनरेशन मैट्रेस फ्रीडम मैट्रेस।